वाहिगुरु जी का खालसा वाहिगुरु जी की फतेह। माघ मज्जन संघ साधुआं धूड़ी कर इशनान, हर का नाम ध्याए सुन सभना नो करदान। सत्संग जी, 14 जनवरी दिन एतवार, माघ दी संगरांद, माघी दा दिहाड़ा, विशेष चुपहरा जप तप समागम बाबा दीप सिंह चैरिटेबल ट्रस्ट बाबा दीप सिंह जी दे घर राम तीर्थ रोड विखे सवेरे 10 तो शामी 4 बजे तक रखा गया। मेरी सारी संगत नूं बेनती, इस दिन धन गुरु गोबिंद सिंह साहब सच्चे पातशाह जी ने 40 सिंघां ने जो बेदावा लिख के दिता सी कि तुसी साडे गुरु नहीं असी तुहाडे सिख नहीं, ये बेदावे नूं महाराज जी ने पाड़िया। आओ अपने अपने बेदावे पड़वाउण दा देने, उस दिन टुटियां नूं गंढवाउण दा देने। जिहड़ा तुहाडा कोई कारज नहीं ना चलदा, उस दिन आ के तुसी गुरु पिता दे चरणां विच अरदास करो, सारे रुके कारज बापू जी ने चलाउणे ने। माघी दी संगरांद अपां सारिआं ने बाबा दीप सिंह जी दे घर बाबा दीप सिंह चैरिटेबल ट्रस्ट विखे जो आ के मनाउणी है। दास भी विशेष करके उस दिन चुपहरा जप तप समागम दे विच हाजरी भरेगा। भुल्यो ना, कोई बहानेबाजी नहीं, कोई ठंड की गल नहीं कि ठंड बड़ी, जे ठंड महसूस होवे साहबजादियां नूं माता गुजर कौर जी नूं याद कर लिया करो, सारी ठंड दूर हो जाएगी। मेरी बेनती है प्यारिओ, आप भी आयो, दसा दसा वीआं नूं होर प्रेरणा करके लियाओ। माघी दी संगरांद जो अपने अपने असी बंधन कटवाने, किसी नूं गरीबी का बंधन है, किसी नूं विकारां दा बंधन है, किसी नूं आलस दा बंधन है, किसी दा कारोबार नहीं चलता, किसी दे संजोग नहीं खुलते, जिन्हें भी साढ़े भावें दुनियावी ते भावें अध्यात्मकताई दे बंधन ने, सारे बंधनों नूं आके कटवाओ। सारे आके बाबा दीप सिंह चैरिटेबल ट्रस्ट राम तीर्थ रोड श्री अमृतसर साहब विखे हाजरियाँ चुपहरा जप तप समागम दे विच भरो। इस समागम ते आउण दे लई सवेरे 8:30 बजे बीबी कौलां जी भलाई केंद्र तरन तारण रोड श्री अमृतसर साहब तो गड्डियां चलनगियां जिहड़ियां राम तीर्थ रोड तुहानूं लै आउणगियां और समाप्ति तो बाद उत्थे छड्ड भी देणगियां। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਇਹ ਸਾਰਾ ਪ੍ਰੋਗਰਾਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ 'ਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 17 ਜਨਵਰੀ ਨੂੰ ਆ ਰਿਹਾ। ਇਸੇ ਸੰਬੰਧ ਦੇ ਵਿੱਚ 16 ਔਰ 17 ਜਨਵਰੀ ਨੂੰ ਗੁਰਦੁਆਰਾ ਧੰਨ ਪੋਠੋਹਾਰ ਨਗਰ ਸਾਂਤਾ ਕਰੁਜ ਵੈਸਟ ਮੁੰਬਈ ਵਿਖੇ 2 ਰੋਜ਼ਾ ਦਾਸਾਂ ਵੱਲੋਂ ਸਮਾਗਮ ਰੱਖਿਆ ਗਿਆ। 16 ਤਰੀਕ ਰਾਤ ਨੂੰ ਤਕਰੀਬਨ 8:30 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। 17 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਵੇਰੇ 11:15 ਤੋਂ 12 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਔਰ ਵਿਸ਼ੇਸ਼ ਬੇਨਤੀ ਧਿਆਨ ਨਾਲ ਸੁਣਿਓ, 17 ਤਰੀਕ ਨੂੰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ ਪਹਿਲੀ ਵਾਰੀ ਦਾਸਾਂ ਵੱਲੋਂ ਮੁੰਬਈ ਵਿਖੇ। ਜਿੰਨੇ ਵੀ ਰੋਜ਼ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ ਮੁੰਬਈ ਦੀਆਂ ਸੰਗਤਾਂ ਜਾਂ ਜਿੰਨੇ ਵੀ ਨੇੜੇ ਨੇੜੇ ਦੇ ਇਲਾਕੇ ਨੇ, ਜੋ ਤੁਸੀਂ ਪਿਆਰ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ, ਪਰਿਵਾਰਕ ਮੈਂਬਰ ਹੋ, ਇਹ ਮੇਰੀ ਬੇਨਤੀ ਪਿਆਰੇ ਹੋ, ਪਹਿਲੀ ਵਾਰੀ ਰਹਿਣ ਸਬਾਈ ਸਮਾਗਮ ਅਸੀਂ ਰੱਖਿਆ ਮੁੰਬਈ ਵਿਖੇ। ਵਹੀਰਾਂ ਘੱਤ ਕੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਰਹਿਣ ਸਬਾਈ ਮਤਲਬ ਫਾਸਟ ਟਰੈਕ ਕੰਮ, ਜਿਵੇਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ ਹਾਂ ਇੱਕ ਹੁੰਦਾ ਨੋਰਮਲ ਪ੍ਰੋਸੈਸ, ਇੱਕ ਹੁੰਦਾ ਫਾਸਟ ਟਰੈਕ। ਫਾਸਟ ਟਰੈਕ ਦੇ ਵਿੱਚ ਕੰਮ ਛੇਤੀ ਹੋ ਜਾਂਦਾ। ਔਰ ਰਹਿਣ ਸਬਾਈਆਂ ਦਾ ਸਭ ਨੂੰ ਪਤਾ ਇੱਕ ਰਾਤ ਦੇ ਬਦਲੇ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਚਲਾਉਂਦੇ ਨੇ, ਇੱਕ ਰਾਤ ਦੇ ਬਦਲੇ ਕਿੰਨੀਆਂ ਦੁੱਖਾਂ ਦੀਆਂ ਸਾਡੀਆਂ ਰਾਤਾਂ ਕੱਟ ਦਿੰਦੇ ਨੇ, ਇੱਕ ਰਾਤ ਜਾਗਣ ਦੇ ਪਿੱਛੇ ਕਿੰਨੇ ਕਿੰਨੇ ਕਾਰਜ ਸਾਡੇ ਸਵਾਰਦੇ ਨੇ ਬਾਬਾ ਦੀਪ ਸਿੰਘ ਜੀ। ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਭਲੀ ਭਾਂਤ ਪਤਾ। ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਤੂੰ ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਨੇ ਤੇਰੀਆਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਆਓ ਪਿਆਰਿਓ, ਆਪਣੇ ਦੁੱਖਾਂ ਦੀਆਂ ਰਾਤਾਂ ਨੂੰ ਕਟਵਾਉਣ ਵਾਸਤੇ, ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਉਣ ਵਾਸਤੇ, ਰੁਕੇ ਹੋਏ ਕੰਮਾਂ ਨੂੰ ਚਲਵਾਉਣ ਵਾਸਤੇ ਆਓ ਰਹਿਣ ਸਬਾਈ ਸਮਾਗਮ ਦੇ ਵਿੱਚ। ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚੋ 9 ਵਜੇ ਤੋਂ। 17 ਤਰੀਕ 17 ਜਨਵਰੀ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਮਾਗਮ ਹੋਣਗੇ। ਅਗਲੇ ਦਿਨ ਬੇਸ਼ੱਕ ਬੱਚਿਆਂ ਦੀ ਸਕੂਲ ਦੀ ਛੁੱਟੀ ਨਾ ਵੀ ਹੋਵੇ, ਨਾ ਛੁੱਟੀ ਕਰਵਾ ਲਓਗੇ ਕੋਈ ਫਰਕ ਨਹੀਂ ਪੈਣਾ। ਉੱਦਾਂ ਸਾਡੇ ਘਰਾਂ 'ਚ ਕੋਈ
रुझेवा अजे विआह शादी का कारज आ अजे पांच पांच दिन असी बच्चों नूं स्कूल नहीं भेजते। मैं नहीं कहिंदा बच्चे पढ़न ना, वध तों वध पढ़ाईयां करन, पर जे गुरु निमित्त तुसीं एक छुट्टी भी बच्चों नूं करवा लोगे तो पढ़ाई विच भी गुरु साहब बरकत पाउणगे, वाधा पाउणगे। कोई बहानेबाजी नहीं करनी, सारिया संगतां ने तकरीबन 8 बजे के करीब करीब गुरद्वारा साहब पहुँच जाना है, चौंकड़े मार के बह जाना है। लंगर प्रसाद छकण तो बाद 9 तों 3 बजे तक आप सारी रात रैणी सुबाई कीर्तन करांगे, नाल गुरु गोबिंद सिंह साहब सच्चे पातशाह जी नूं जी आया कहांगे। ये सारा प्रोग्राम साडे यूट्यूब चैनल भाई अमनदीप सिंह जी ऑफिशियल चैनल के उत्ते लाइव दिखाया जाएगा। वध तों वध इस समागम शेयर भी कर दिओ और इस समागम की होर जानकारी प्राप्त करने वास्ते जो टीवी स्क्रीन के उत्ते नंबर चल रहा है इस नंबर पर आप जी संपर्क कर सकते हो जी। वाहिगुरु जी का खालसा, वाहिगुरु जी की फतेह। गुरु रामदास जी, गुरु रामदास जी प्यार नल सारे अखुन जी, धन बाबा दीप सिंह जी। गुरु रामदास साहिब सच्चे पातशाह जी का, बाबा दीप सिंह साहिब जी का संगत रूपी परिवार हर महीने की तरह गुरद्वारा बीबी कौला जी कौलसर साहिब विखे शुकराना करने के वास्ते एकत्रित होया और हो रहा है। बेअंत परिवारक मैंबर इस समय जिथे गुरु पिता जी की गोद के जुड़ रहे ने, जुड़े ने, उथे बेअंत परिवारक मैंबर साढ़े यूट्यूब चैनल भाई अमनदीप सिंह जी ऑफिशियल चैनल के माध्यम राही देशों विदेशों प्रदेशों से जुड़े जुड़ रहे। सब तो पहला जड़े परिवारक मैंबर इतने बैठे ज जड़े लाइव के माध्यम राही जुड़े, सारिया के चरणों के उत्ते सिर झुका के मैं मत्था टेक रहा, मेरा टेकिया होया मत्था करो प्रमाण, आखो धन गुरु रामदास जी, धन गुरु रामदास जी, धन गुरु रामदास जी, धन गुरु रामदास जी प्यार ना लखो ने जी, धन बाबा दीप सिंह जी। यूट्यूब का लिंक जड़ा तुहाडे तक पहुंच चुके है, वध तों वध शेयर कर दिओ अगे तों अगे, अगे तों अगे। ये वड्डा पुन्न है, बाबा आनंद सिंह साहब का बचन जोड़न वर्गा पुन्न कोई नहीं, तोड़न वर्गा पाप कोई नहीं। वड्डा पुन्न कमाओ, अगे तों अगे लिंक शेयर करो और उन्हां नूं भी कहो अगे तों अगे लिंक शेयर करन बारे, तां जो होर संगतां लाहा लै सकन। आओ रोजाना दी तरह भावना ओ होई गुरु ग्रंथ साहिब जी दे रूप दे विच हाजर नाजर गुरु रामदास बापू जी चौंकड़ा मार के बैठे, चरणा च कौन बैठा आखो धन बाबा दीप सिंह ते बड़े प्यार विच वाहिगुरु गुरमंत्र दे जाप दे विच सारी संगत हाजरी लायो जी। वाहिगुरु 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 Bye.
पुरख निर्भव
निर्भय अकाल मूरत अजूनी सर प्रसाद जप आद सच जुगाद सच है भी सच नानक मुसी भी सच तन गुरु राम दास जी मैं तेरा 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 मैं तेरा मैं तेरा मैं धन गुरु रामदास जी धन गुरु रामदास जी
प्यार न लखन जी धन बाबा दीप सिंह जी। दो तीन जरूरी बेनतियां करके फिर आप शब्द पढ़ांगे। पहली बेनती ध्यान नाल सुनियो, फुल भावे किन्नी भी उच्ची टाणी नाल क्यों ना लग जावे, सुनियो, फुल भावे किन्नी भी उच्ची टाणी नाल भावे क्यों ना लग जावे, पर ओदी जड़ मिट्टी दे विच लगी रहिंदी आ। खो तन गुरु रामदास जी, तन गुरु रामदास, ते जड़ मिट्टी विच लगे होण दे कारण ओ फिर खिड़िया रहिंदा है, सुगंधी वंडदा रहिंदा है। प्यारिया, भावें गुरु पिता वल्लों तैनूं जिन्नियां मर्जी दातां मिल जाण, भावें जिन्ना मर्जी तू वड्डा हो जा, जिन्ने मर्जी भावें तैनूं गुरु भाग लाई जावे, पर एक चीज दा ध्यान रखी, जिन्ना मर्जी वड्डा हुंदा जाई पर अंदरों ओना ही झुकदा जाणा है। आखो धन गुरु रामदास जी, धन गुरु रामदास जी। बाहरों जिन्ना वड्डा होना है अंदरों ओना ही झुकदे जाणा है, झुकदे जाणा है, झुकदे जाणा है। महाराज, जे अज कोई तुसी रंग भाग मैनू लाते आ ना, मैं निकी जी जगह तो शुरू होया सा, अज मैनू तुसी कोई वड्डा अहुदा देता है ना, ए मेरी चतराई नहीं गुरु रामदास बापू बाबा दीप सिंह बापू, ए सब तेरी वडियाई वरत रही है। आखो धन गुरु रामदास जी, धन गुरु रामदास जी। बाहरों उच्चे बनते जाओ, होर उच्चे होवो, जिन्नी तुहाडी मान लो दुनियावी कमाई है वह कमाई च होर वाधा होवे, अज छोटे अहुदे ते कल नूं होर वड्डे अहुदे ते पहुंचो। अज तुसी हजारां कमाउंदे कल नूं लखां कमाउण वाले बन जाओ। बाहरों उच्चे ते अंदरों नीवे, यह चीज दा पल्ला फड़ के रखना है। ते जे अध्यात्मक पक्ष तों वी कमाई वधण लग पे उहदा वी कदी गुमान नहीं, ज्यों ज्यों वह कमाई भी वधदी है त्यों त्यों होर अंदरों नीवा हुंदा जा, नीवा हुंदा जा। जो हमरी बिद होती मेरे सतगुरा, सा बिद तुम हर जानो अपे, हम रुलते फिरते कोई बात ना पूछता, गुर सतगुर संग कीरे हम थापे। ये मेरी बेनती है, जड़ जेड़ी है ना उन्हों नहीं भुलना, उन्हों नहीं भुलना, मुढ़ नूं नहीं भुलना, मुढ़ नूं बस चेते विच रखना है, मुढ़ नूं याद विच रखना है कि महाराज सब तुहाडियां वडियाईयां कम कर रहियां ने, कहो नानक सब तेरी वडियाई कोई नाओ ना जाने मेरा। फुल खिड़िया ही उदों तक रहिंदा जब तक वह मिट्टी नाल जड़ नाल जुड़िया है, जदों जड़ नालों टुटदा है फिर ते प्यारे मुरझा जांदा है। जिन्ने मर्जी उच्चे होवो पर अपनी जड़ नहीं छड़नी। आखो धन गुरु रामदास जी, धन गुरु रामदास। अगली गल सुन लो, इस तों बाद मैं कहना ये गल नूं सुनण तों बाद बड़ा तुहानूं हौसला मिलेगा, बड़ा 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 बड़ा। लोग तुहाडी प्रशंसा करन जां निंदिया करन इहदी चिंता करनी छड्ड दिओ। असीं कई वारी टेंशनां पा लैंदे दिमाग ते, लोग उस्तती करदे ने असीं फुल्ले नहीं समाउंदे, ते जे लोग किते साडी निंदिया करन लग पैण दिमाग ते बोझ पा लैंदे इह नहीं। लोग प्रशंसा करन जां निंदिया करने दी चिंता छड़ दिओ, लोकां दा काम है कहना। बस एक गल दा तुसी ध्यान रखो कि मैं अपनी जिम्मेवारी नूं इमानदारी नाल निभा रहा वा कि नहीं निभा रहा, बस आ चीज ध्यान विच रखो। लोकां दी प्रशंसा लोकां दी निंदिया दी फिक्र करनी छड़ दिओ, जो जिम्मेवारी तुहाडी लगी है उहनूं इमानदारी नाल निभा रहे हो कि नहीं निभा रहे, बस आ चीज दा ध्यान रखो। असीं गृहस्थी आ, गृहस्थ जीवन दीआं ड्यूटियां इमानदारी नाल निभ रहीआं ने। मैं गुरु घर दा कीर्तनिया वां, मैं गुरु घर दा ग्रंथी आ, मैं गुरु घर दीआं जिहड़ीआं जिम्मेवारियां इमानदारी नाल निभा रहा वां कि नहीं निभा रहा। इमानदारी कल्ली पैसे पक्खों नहीं हुंदी, उह वी हुंदी है, पर इमानदारी ये भी ते इमानदारी है ना। तेरी ड्यूटी 10 बजे शुरू हो रही है, तू पौने 10 ड्यूटी ते पहुंच जा, ये इमानदारी। ड्यूटी 10 बजे शुरू हो रही तू हाजरी आके 10:30 लाउना, ये इमानदारी नहीं। बाबा नंद सिंह साहब का बचन है, कहिंदे
बंदा लवे आया सी एक मिस्त्री महापुरखां दे कोल महापुरखो बाणी पढ़न च मन नहीं लगता कहिंदे दिहाड़ी किन्नी कहिंदा जी 12 आने कहिंदे कम मालक नूं 125 रुपये दा करके दिया कर मन आपे लग जाएगा ये मेरी बेनती है बेनती जिन्नी तनखा मिल रही है ना ओ तनखा तो वध तुसी अपने मालक नूं कम करके दिओ जिन्नी तनखा मिल रही ईमानदारी आ है कन्नी नहीं कतराउणी कम तो ਇਹ ਨਹੀਂ ਕਿ ਤੁਸੀਂ ਮੇਰੀ ਡਿਊਟੀ ਲਾਈ ਜਾਂਦੇ ਹੋ ਮੈਨੂੰ ਕਹੀ ਜਾਂਦੇ ਆ ਕੰਮ ਮੈਨੂੰ ਆ ਕੰਮ ਕਹੀ ਫਲਾਣਾ ਵੀ ਤੇ ਬੈਠਾ ਹੁੰਦਾ ਉਹਦੀਆਂ ਡਿਊਟੀਆਂ ਕਿਉਂ ਨਹੀਂ ਲਾਉਂਦੇ ਮੈਨੂੰ ਹੀ ਸਾਰੀਆਂ ਡਿਊਟੀਆਂ ਤੁਸੀਂ ਲਾਈਆਂ ਇਹ ਨਹੀਂ ਕਦੀ ਜਵਾਬ ਦੇਣਾ ਇਹ ਸੋਚਿਆ ਕਰੋ ਸ਼ੁਕਰ ਹੈ ਆ ਭਾਵੇਂ ਮੇਰਾ ਦੁਨਿਆਵੀ ਮਾਲਕ ਹੈ ਪਰਮੇਸ਼ਰ ਨੇ ਵੱਡਾ ਤੇ ਬਣਾਇਆ ਨਾ ਇਹਨੂੰ ਮੈਥੋਂ ਸ਼ੁਕਰ ਹੈ ਵੱਡਿਆਂ ਦੀ ਨਿਗਾਹ ਦੇ ਵਿੱਚ ਮੈਂ ਹਾਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਫਿਰ ਵੇਖਿਓ ਗੁਰੂ ਕਿੰਨੀ ਬਰਕਤ ਪਾਏਗਾ ਤੁਸੀਂ ਗੁਰੂ ਘਰ ਦੇ ਗ੍ਰੰਥੀ ਹੋ ਗੁਰੂ ਘਰ ਦੇ ਸੇਵਾਦਾਰ ਕੋਈ ਕੀਰਤਨ ਕਰਨ ਵਾਲਾ ਮੈਂ ਆਪਣੀ ਗੱਲ ਕਰਦਾ ਦੂਜਿਆਂ ਦੀ ਮੈਂ ਕੀ ਕਰਾਂ ਆਪਣੀ ਗੱਲ ਕਰਦਾ ਕੋਈ ਵੀ ਜ਼ਿੰਮੇਵਾਰੀ ਹੈ ਜੇ ਅਸੀਂ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਫਿਰ ਤੇ ਗੁਰੂ ਦੀਆਂ ਘਨੇਰੀਆਂ ਖੁਸ਼ੀਆਂ ਤੇ ਜੇ ਨਹੀਂ ਨਿਭਾ ਰਹੇ ਨਾ ਮੈਂ ਉਹ ਲਫ਼ਜ਼ ਨਹੀਂ ਬੋਲਣੇ ਮੈਂ ਇਹ ਕਹਿ ਸਕਦਾ ਫਿਰ ਅਰਦਾਸ ਕਰੋ ਬੱਪੂ ਜੀ ਮੈਨੂੰ ਬਲ ਬਖਸ਼ੋ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਦੀ ਜਾਚ ਆ ਜਾਏ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਕਿਸੇ ਵੀ ਪੱਖ ਤੋਂ ਭਾਵੇਂ ਦੁਨਿਆਵੀ ਪੱਖ ਹੈ ਭਾਵੇਂ ਇਹ ਪਰਮਾਰਥ ਦਾ ਪੱਖ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਓ ਫਿਰ ਲੋਕਾਂ ਦੀ ਟੈਨਸ਼ਨ ਲੱਖਣ ਦੀ ਲੋੜ ਨਹੀਂ ਪ੍ਰਸ਼ੰਸਾ ਕਰਦੇ ਨੇ ਨਿੰਦਿਆ ਉਹਦੇ ਖਾਤੇ ਵਿੱਚ ਤੇਰਾ ਇੱਕ ਇੱਕ ਕਰਮ ਜਮ੍ਹਾਂ ਹੋ ਰਿਹਾ ਇੱਕ ਇੱਕ ਕਰਮ ਉਹ ਵੇਖ ਰਿਹਾ ਉਹ ਨੋਟ ਕਰ ਰਿਹਾ ਨੋਟ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਅਗਲੀ ਗੱਲ ਸੁਣੋ ਵੇਖੋ ਹਰ ਕੋਈ ਆਪਣੀ ਲਾਈਫ ਵਿੱਚ ਸਫਲ ਹੋਣਾ ਚਾਹੁੰਦਾ ਅੱਜ ਜਿਸ ਮੁਕਾਮ ਤੇ ਮੈਂ ਹਾਂ ਮੈਂ ਵੀ ਪਹੁੰਚਣਾ ਚਾਹੁੰਦਾ ਹੋਰ ਮੈਨੂੰ ਮਰਤਬੇ ਮਿਲਣ ਤੁਸੀਂ ਵੀ ਜਿੰਨੇ ਹੋ ਜਿੱਥੇ ਵੀ ਜਿਹੜੇ ਵੀ ਲੈਵਲ ਤੇ ਬੰਦਾ ਉਹ ਕਹਿੰਦਾ ਮੈਂ ਤਰੱਕੀ ਕਰਾਂ ਹਰ ਕੋਈ ਸਫਲ ਹੋਣਾ ਚਾਹੁੰਦਾ ਸਫਲ ਹੋਣਾ ਅੱਜ ਜਿੱਥੇ ਬੰਦਾ ਪਹੁੰਚਿਆ ਹੈ ਬੰਦਾ ਕਹਿੰਦਾ ਹੋਰ ਮੈਂ ਤਰੱਕੀ ਕਰਾਂ ਤੇ ਜੇ ਤਰੱਕੀ ਕਰਨੀ ਚਾਹੁੰਦੇ ਹੋ ਨਾ ਤੇ ਵਰਤ ਰੱਖੋ ਵਰਤ ਵਰਤ ਤੁਸੀਂ ਕਹੋ ਇਹ ਕੀ ਕਹੀ ਜਾਂਦੇ ਵਰਤਾਂ ਤੋਂ ਤੇ ਮਹਾਰਾਜ ਨੇ ਮਨਾ ਕੀਤਾ ਮੈਂ ਖਾਣ ਪੀਣ ਦੇ ਵਰਤਾਂ ਦੀ ਗੱਲ ਨਹੀਂ ਕਰ ਰਿਹਾ ਆ ਆਟਾ ਖਾਣਾ ਉਹ ਨਹੀਂ ਖਾਣਾ ਇਹ ਨਹੀਂ ਜੇ ਜੀਵਨ ਵਿੱਚ ਸਫਲ ਹੋਣਾ ਹੈ ਨਾ ਤੇ ਵਰਤ ਰੱਖੋ ਗੰਦੀ ਸੋਚ ਦਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਗੰਦੀ ਸੋਚ ਨੂੰ ਆਪਣੇ ਦਿਮਾਗ ਚੋਂ ਕੱਢਣ ਦਾ ਵਰਤ ਰੱਖ ਲਓ ਗੰਦੀ ਨੀਅਤ ਦਾ ਵਰਤ ਰੱਖੋ ਤੇਰੀ ਤੇ ਨੀਅਤ ਮਾੜੀ ਹੋ ਜਾਂਦੀ ਕਿਸੇ ਦਾ ਘਰ ਵੇਖਦਾ ਤੇਰੀ ਨੀਅਤ ਮਾੜੀ ਹੋ ਜਾਂਦੀ ਕਿਸੇ ਕੋਲ ਮਾਇਆ ਵੇਖਦਾ ਤੇਰੀ ਨੀਅਤ ਖੋਟੀ ਹੋ ਜਾਂਦੀ ਕਿਹੜਾ ਢੰਗ ਅਪਣਾਵਾਂ ਇਹਦੇ ਕੋਲੋਂ ਕਢਾਉਣਾ ਗੰਦੀ ਨੀਅਤ ਦਾ ਵਰਤ ਰੱਖੋ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਵਰਤ ਰੱਖਣਾ ਹੈ ਨਾ ਤਰੱਕੀ ਕਰਨ ਦੇ ਲਈ ਤੇ ਰੱਖੋ ਗੰਦੇ ਵਿਚਾਰਾਂ ਦਾ ਵਰਤ ਗੰਦੇ ਵਿਚਾਰਾਂ ਦਾ ਜਿੰਨਾ ਵੀ ਹੋ ਸਕੇ ਆਪਣੇ ਵਿਚਾਰਾਂ ਨੂੰ ਕੰਟਰੋਲ ਚ ਕਰੋ ਇਮੋਸ਼ਨਸ ਨੂੰ ਕੰਟਰੋਲ ਚ ਕਰੋ ਜਿੰਨਾ ਵੀ ਹੋ ਸਕੇ ਜੇ ਅੱਗੇ ਵਧਣਾ ਚਾਹੁੰਦੇ ਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ ਇਹ ਮੇਰੀ ਬੇਨਤੀ ਹੈ ਜੀਵਨ ਵਿੱਚ ਤਰੱਕੀ ਚਾਹੁੰਦੇ ਹੋ ਤੇ ਵਰਤ ਰੱਖਣੇ ਸ਼ੁਰੂ ਕਰੋ ਗੰਦੀਆਂ ਸੋਚਾਂ ਦੇ ਵਰਤ ਗੰਦੀਆਂ ਵਿਚਾਰਾਂ ਦੇ ਵਰਤ ਗੰਦੀ ਨੀਅਤ ਦਾ ਵਰਤ ਆ ਰੱਖੋ ਸਾਰੇ ਇਹ ਮੇਰੀ ਬੇਨਤੀ ਅਗਲੀ ਗੱਲ ਸੁਣੋ ਫਿਰ ਆਪਾਂ ਸ਼ਬਦ ਪੜਾਂਗੇ ਉਮਰ ਜਾਇਆ ਕਰ ਦਿੱਤੀ ਲੋਕਾਂ ਨੇ ਦੂਜਿਆਂ ਦੇ ਵਜੂਦ ਵਿੱਚ ਨੁਕਸ ਕੱਢਦੇ ਕੱਢਦੇ ਦੂਜਿਆਂ ਦੇ ਵਜੂਦ ਵਿੱਚ ਨੁਕਸ ਕੱਢਦੇ ਕੱਢਦੇ ਅਸੀਂ ਆਪਣੀ ਉਮਰ ਜਾਇਆ ਕਰਦੇ ਨੇ ਫਲਾਣਾ ਆਹ ਕਰਦਾ ਫਲਾਣਾ ਉਹ ਕਰਦਾ ਉਹਨੇ ਆਹ ਕੀਤਾ ਉਹਨੇ ਆਹ ਕੀਤਾ ਆਪਣੀ ਪੀੜ੍ਹੀ ਹੇਠਾਂ ਸੋਟਾ ਨਹੀਂ ਮਾਰਦੇ ਉਮਰ ਜਾਇਆ ਕਰ ਦਿੱਤੀ ਲੋਕਾਂ ਨੇ ਦੂਜਿਆਂ ਦੇ ਵਜੂਦ ਵਿੱਚ ਨੁਕਸ ਲੱਭਦੇ ਲੱਭਦੇ ਉਹ ਜੇ ਇੰਨਾ ਹੀ ਖੁਦ ਨੂੰ ਤਰਾਸ਼ਿਆ ਹੁੰਦਾ ਤੇ ਅੱਜ ਬੰਦੇ ਤੋਂ ਫਰਿਸ਼ਤੇ ਬਣ ਜਾਂਦੇ ਆਖੋ ਸੋ ਨਿਹਾਲ ਸਤਿ ਸ੍ਰੀ ਅਕਾਲ
जे किते इन्ना खुद नूं तराशदे ना जिन्ना असीं दूजियां वल वेखदे ओह की करदा ओह की करदा ओह ने इदां क्यों करता ओह ने इदां क्यों करता ओहदे च आह कमी ओहदे च आह कमी दूजियां विच नुक्स कढ़दियां कढ़दियां जिन्नी उम्र असीं जाया करदे ने ना जे किते खुद दे उत्ते इन्ना कम करदे खुद नूं तराशदे ते सच्ची गल ए असीं फिर मनुख तों फरिश्ते बन जांदे आखो धन गुरु रामदास जी धन गुरु रामदास जी प्यार नाल आखो ने जी धन बाबा दीप सिंह जी आप सवरो परिवार सवारो समाज आपे ही सवर जाएगा प्यार नाल फतेह बुलाओ वाहिगुरु जी का वाहिगुरु जी की फतेह शब्द पढ़ने आपा पर उस तों पहले अज एक असीस दे देना ऐतवार मैरीलैंड यूएसए की वड्डी यूनीवर्सिटी वालों दास नूं आ जो सेवावां चल रही ने उहदे संबंध दे विच डॉक्टरीएट की डिग्री मिली है वो अवार्ड नाल उन्होंने सन्मानित किया ये मेरा नहीं तुहाडा सारिआं दा अवार्ड है तो जो ये समाजिक सेवावां गुरु पिता जी करवा रहे ने पिता जी कृपा करके विद्या के खेत्र दे विच सेवावां लै रहे हस्पतालां की सेवा लै रहे होर जिहड़े जिहड़े कार सब नूं पता है ते ए डॉक्टरीएट दी डिग्री नाल उन्होंने सन्मानित किया अमरीका सर श्री अकाल ये बड़ी वड्डी यूनीवर्सिटी है मैरीलैंड दी यूएसए दी ते उन्होंने बहुत सारी खोज करन तों बाद फिर अमृतसर शहर विच तुहाडे बच्चे नूं चुनिया ते उन्हां दा भी धन्नवाद ते सब तो वध शुकराना गुरु ग्रंथ साहिब महाराज जी गुरु रामदास बापू जी का बाबा दीप सिंह जी का बाबा नंद सिंह जी का समूह महापुरखां दा ते तुहाडा सारिआं दा जिन्हां दीआं असीसां वरत रहीआं आखो धन गुरु रामदास जी धन गुरु रामदास प्यार नाल आखो ने जी धन बाबा दीप सिंह कहिंदे हुण तुसीं अपने नाम अगे भी ला सकदे डॉक्टर भाई अमनदीप सिंह जी उह लाउणा है नहीं लाउणा बाद दी गल पर इह डिग्री गुरु जी दी कृपा दे नाल बापू जी ने दवाई है ये तुहाडा सारिआं दा शुकराना आओ बड़े प्यार नाल आपां शब्द पढ़िए गुरु अर्जन देव पातशाह जी दी प्यारी मिठी रसना दे ये मिठे बोल गुरु ग्रंथ साहिब जी दे 1141 नंबर अंग दे उत्ते दर्ज सारी संगत प्यार च बोलियो बाप हमारा सद चरण जीवी भाई हमारे सद ही जीवी ये अज मैं ਜਿਹੜੇ ਦਿਨ ਸ਼ੁਰੂ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਵਿਛੋੜੇ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮਾਂ ਗੁਜਰੀ ਜੀ ਦੀ ਸ਼ਹਾਦਤ ਦੇ ਉਹਦੇ ਸੰਬੰਧ ਦੇ ਵਿੱਚ ਮੈਂ ਬੜੀਆਂ ਜ਼ਰੂਰੀ ਅੱਜ ਬੇਨਤੀਆਂ ਕਰਨੀਆਂ ਨੇ ਬਾਕੀ ਇਹ ਦਿਨਾਂ ਦੇ ਜਿਹੜੇ ਇਤਿਹਾਸ ਨੇ ਉਹ ਨਾਲ ਨਾਲ ਡੇਲੀ ਤੁਹਾਡੇ ਸਨਮੁਖ ਰੱਖਾਂਗੇ ਪਰ ਅੱਜ ਮੈਂ ਏਡੀਆਂ ਜ਼ਰੂਰੀ ਬੇਨਤੀਆਂ ਕਰਨੀਆਂ ਕਿ ਇਹ ਦਿਨਾਂ ਵਿੱਚ ਅਸੀਂ ਕਰਨਾ ਕੀ ਹੈ गुरु बापू जी कृपा करन मेरे सर से हाथ रखन आओ पहले ये शब्द पढ़े बाप हमारा सदचरण जीवी जदों बाप दा इदां गुरबाणी विच्चों लफज आवे ते गुरु गोबिंद सिंह बापू जी वल ध्यान जावे भाइयां दा जदों भाई हमारे सदकी जीवी उदों साहिबजादियां वल ध्यान जावे सारे करियो कृपा बाप हमारा सदचरण जीवी बाप हमारा सदचरण जीवी पाई हमारे सद ही जीवी पाई हमारे सद ही जीवी सद ही जी
सद
हद चरजी वाहिगुरु जी का खालसा वाहिगुरु जी की फतेह। धन गुरु रामदास जी, धन बाबा दीप सिंह जी, सतसंग जी। जदों भी अमृतसर साहब आओ, जिनी वारी भी आओ, एक बारी जरूर बाबा दीप सिंह चैरिटेबल ट्रस्ट दाताबंदी छोड़ पब्लिक स्कूल राम तीर्थ रोड विखे चरण पा के जाओ और अपनियां अखां दे नाल आ के वेखो किवें इत्थे सेवावां दा कुंभ चल रहा। इत्थे प्यारिओ दाताबंदी छोड़ पब्लिक स्कूल चल रहा, जिस स्कूल दे विच बच्चियां नूं दोवें तरह की पढ़ाई, गुरमत की पढ़ाई भी और दुनियावी पढ़ाई भी करवाई जा रही। CBSE स्कूल है और बिल्कुल नॉर्मल जी फीसा बच्चों को लिया जाए ने। इस तो इलावा इस जगह के उत्ते बाबा दीप सिंह हैल्थ केयर चैरिटेबल हस्पताल चल रहे हैं, जिस हस्पताल दे विच 20 रुपए की पर्ची दे विच 2 दिन की दवाई और जिन्ने भी इलाज ने इको छत थले हो रहे हैं। दंदा के इलाज, अखा के इलाज, अल्ट्रासाउंड, एक्सरे और इस तो इलावा बच्चों के स्पैशलिस्ट डॉक्टर इतने बैठते हैं, स्किन के स्पैशलिस्ट डॉक्टर इतने बैठते हैं और जिन्हें भी इलाज ने इको छत के थले बिल्कुल लागत मुल दे नाल हो रहे। और अपनी अखा नाल आके वेखो किवें तुहाडे किणके किणके दे नाल गुरु बाबा नानक जी की रसोई चल रही, जिस रसोई के राही तकरीबन 2500 तो भी वध प्रेमी रोज़ प्रशादा छकते हैं। इस तो इलावा गुरु बाबा नानक जी की चलती फिरती रसोई, जिस रसोई के राही रोजाना कदी किते कदी किते जिथे जिथे भी लोड़ हुंदी है उस गड्डी दे राही प्रशादा पानी तैयार करके लोड़मंद थावां ते पहुँचाया जाता है। इस स्थान के उत्ते बाबा दीप सिंह फ्री टिफन सेवा चल रही, जिस सेवा दे राही वह बजुर्ग जिन्ना बजुर्गों नूं बच्चियां ने घरों कढ दिता, असी जिहड़े सुणदे आ रोज़ असी इहो जी गलती नहीं करनी, पर जिन्हां ने अणजाण पुणे दे विच गलती कीती अपने बजुर्गों नूं घरों कढ दिता, प्यारे ओ खाण नूं उहनां दे कोल कुछ नहीं, इत्थों तक छत भी नहीं कईआं दे कोल, उहनां दे घरां दे विच दुपहर दे वेले टिफन विच पैक करके 2 वेले दा लंगर रोज़ पहुँचाया जांदा है। और तुहाडे दित्ते दसवंध दे नाल प्यारे ओ हर महीने विधवा बीबियां नूं फ्री राशन देण दी सेवा भी हुंदी। और इस स्थान दे उत्ते बाबा दीप सिंह जी गुरमत ज्ञान संगीत अकैडमी चल रही, जिस अकैडमी दे राही बच्चियां नूं गुरमत की सिक्ख्या, तबले की सिखलाई, कीर्तन की सिखलाई, गुरबाणी की संथिया, अमृत वेला संभालना, संध्या का समा संभालना, जीवन उच्चा सुचा, किरदार उच्चा सुचा किवें करना, यह सारी सिक्ख्या दिती जांदी। और इस तों इलावा जो तुसी किणका किणका देंदे हो, तुहाडे किणके किणके नाल बिल्कुल दूजा यूनिट बिल्कुल नाल ही राम तीर्थ रोड के बिल्कुल नाल ही दूसरा यूनिट जिथे जी दया परवान पार्क की उसारी चल रही, TV स्क्रीन के उत्ते सारिया वो तस्वीर चल रही ने। ये जी दया परवान पार्क के जिथे पंछियों दाणा पाना, खाना पाना,
ਇਹ ਕੰਮ ਹੋਇਆ ਕਰੇਗਾ ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ 2 ਤੇਰੀਆਂ ਦੀ 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ 2 ਤੇਰੀਆਂ 50 ਤੇਰੀਆਂ 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ, ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ, ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ, ਧੰਨ ਬਾਬਾ ਦੀਪ ਸਿੰਘ ਜੀ, ਤਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸੰਬੰਧ ਦੇ ਵਿੱਚ
जिन्हें भी परिवारक मैंबर तुसी रोज़ कीर्तन सुनते हो जुड़ते हो सब नूं मैं निम्रता सहित बेनती करदा आपो अपने घरां दे विच खुले पाठां दीआं लड़ियां प्रारंभ कर दिओ। जिहड़ा सुखमनी साहब जी दे पाठ कर सकदा सुखमनी साहब जी दे पाठ, जिहड़ा सहज पाठ कर सकदा सहज पाठ। मेरे मन दी भावना है एक परिवारक मैंबर एक सहज पाठ की हाजरी जरूर भरे बाबा दीप सिंह दीआं खुशियां लैण दे लई। जिहड़ा सहज पाठ नहीं कर सकदा वो दो रोज़ सुखमनी साहब जी दे पाठ करी चले। जिहड़ा सुखमनी साहब नहीं कर सकदा रोज़ 10 पाठ घट तो घट जपजी साहब जी दे जरूर करे। जिहड़ा ये भी नहीं कर सकदा प्यारिओ वो भावें 6 माला मूल मंत्र दीआं भावें 80 माला वाहिगुरू वाहिगुरू शब्द दीआं वो फेरनियां शुरू कर देवे। बाकी तुहाडी खुशी चौपाई साहब जी दे पाठ करो, भावें तुसीं गुरु पिता जी दीआं खुशियां लैण वास्ते कोई भी बाणी प्रेम दे नाल पढ़ो। ये मेरी बेनती है बाबा दीप सिंह साहब जी दीआं खुशियां लैण वास्ते सारियां संगतां ने आप ते जुड़ना ही है। जे कोई तुहाडे घर दे विच कम करन वाली जां कम करन वाला भी आउंदा है, तुहाडी दुकान दे उत्ते कोई कम भी करदा तुहाडा हैल्पर भी है ना, उहनूं भी बाणी दे नाल जोड़ दिओ। उहनूं कहो बाबा दीप सिंह दीआं खुशियां लैण वास्ते तूं वी बाणी दा वध तों वध नेम कर। हर प्रेमी एक कापी ला लो, कापी दे उत्ते नोट करना शुरू कर दिओ अज मैं इस तरीक नूं इन्नी बाणी पढ़ी, बाबा दीप सिंह जी ने अज इन्नी सेवा मेरे कोलों बाणी पढ़न दी लई, अज मैं इन्ने पाठ कीते इन्नी सेवा। और जिन्नी भी ये गिणती होएगी जिन्नी भी तुसी बाणी पढ़ोगे ये सारे बाणी दे वड्डे प्रवाह की अरदास 27 जनवरी नूं बाबा दीप सिंह चैरिटेबल ट्रस्ट दाताबंदी छोड़ पब्लिक स्कूल राम तीर्थ रोड जो 27 तरीक नूं चुपहरा होएगा उस चुपहरे की समाप्ति ते ये खुले पाठां की अरदास होएगी। 27 और 28 बाबा दीप सिंह जी के आगमन दिन की खुशी विच दो चुपहरे बाबा दीप सिंह जी ने साडी झोली च पाए ने, सवेरे 10 बजे तो शामी 4 बजे तक 27 नूं भी और 28 नूं भी। ये मेरी बेनती है वध तो वध बाणी दे प्रवाह चला दिओ, घर घर दे विच्चों गुरबाणी की गूंज की आवाज़ सुने। ये मेरी निम्रता सहित तुहाडे चरणां दे विच बेनती। दोवें दिन राम तीर्थ रोड आउण वास्ते सवेरे 8:30 बजे बीबी कौलां जी भलाई केंद्र तरन तारण रोड श्री अमृतसर साहब तो गड्डियां दा प्रबंध किया गया जड़ियां तुहानू राम तीर्थ रोड लै भी आउणगियां और वापसी छड़ भी देणगियां। भुल्लिओ ना बाबा दीप सिंह जी दे आगमन ते असी बाबा दीप सिंह जी नूं गुरबाणी दी भेटा देनी है, ते जदों बाबा दीप सिंह जी नूं असी गुरबाणी दी भेटा देंगे बाबा दीप सिंह जी सानू लोक परलोक दीआं खुशियां देणगे, साडे रुके हुए कम चलणगे, बरकतां दीआं मुठ्ठां खोलणगे। ये मेरी बेनती प्यारिओ आओ गुरबाणी दे इस प्रवाह दे विच सारी संगत मोढे नाल मोढा जोड़ के साथ दिओ। और ये जो पाठां दी गिणती है तुसी सानू 25 जनवरी तक जो देन दी कृपालता करनी वो टीवी स्क्रीन दे उत्ते नंबर चलने शुरू हो जाणगे थोड़े समय तक, उन्हां नंबरां दे उत्ते 25 जनवरी तक तुसी सानू गिणती पहुँचाउणी है। और 27 जनवरी नूं चुपहरा जप तप समागम की समाप्ति ते ये जिन्ने भी तुसी पाठ कीते होणगे ये वड्डी गिणती दे विच असी बाबा दीप सिंह जी नूं उन्हां दे आगमन दिन दे उत्ते गुरबाणी की भेटा ये उन्हां दे चरणां विच असी रखांगे, गुरु पिता दीआं खुशियां लवांगे। ये सारे समागम साडे यूट्यूब चैनल भाई अमनदीप सिंह जी ओफिशियल चैनल, फेसबुक पेज भाई अमनदीप सिंह जी बीबी कौलां वाले उहदे उत्ते लाइव दिखाए जाणगे। वाहिगुरू जी का खालसा वाहिगुरू जी की फतेह।